ਔਰ 12 ਜਿਹੜੀ ਨਾ ਕਾਫੀ ਸਾਰੇ ਜਿਹੜੀ ਨਾ ਆ ਗਏ ਔਰ ਕਿਚਨ ਦਾ ਜਿਹੜੀ ਨਾ ਸਾਰੀ ਲੰਬਾਈ ਜਿਹੜੀ ਨਾ ਕੀਤੀ ਹੋਈ ਸੀ ਨਾ ਮਿੱਟੀ ਜਿਹੜੀ ਨਾ ਸਾਰੀ ਲੋੜ ਕੇ ਲਾਲ ਜਿਹੜੀ ਨਾ ਉਹ ਸਾਈਡ ਤੇ ਜਿਹੜੀ ਨਾ ਜਾ ਰਹੀ ਔਰ ਨਜ਼ਰ ਜਿਹੜੀ ਨਾ ਆ ਰਹੀ ਹੋਣੀ ਆ ਲਾਲ ਮਿੱਟੀ ਜਿੰਨੀ ਕਿ ਜਿਹੜੀ ਨਾ ਲੋੜ ਕੇ ਜਿਹੜੀ ਨਾ ਉਹ ਅਤਲੀ ਸਾਈਡ ਵੱਲ ਜਿਹੜੀ ਨਾ ਜਾਂਦੀ ਪਈ ਆ ਔਰ 12 ਜਿਹੜੀ ਨਾ ਪਾਣੀ ਇੱਥੇ ਹੀ ਪਰੇਸ਼ਾਨੀ ਵਗੈਰਾ ਜਿਹੜੀ ਨਾ ਕੋਈ ਨਹੀਂ ਆ ਔਰ ਇੱਥੇ ਹੁਣ ਸਾਨੂੰ ਇਤਨੀ ਮੁਸ਼ਕਿਲ ਹੋਣੀ ਹੈ ਨਾ ਇਹਦੀ ਸਾਈਡ ਤੇ ਵਾਸ਼ਰੂਮ ਵਾਲੀ ਸਾਈਡ ਜਿਹੜੀ ਜਾਣਾ ਹੋਵੇ ਨਾ ਜਦੋਂ 12 ਜਾਂਦੀ ਨਹੀਂ ਮੁਸ਼ਕਿਲ ਹੁੰਦੀ ਕਿਉਂਕਿ ਇੱਧਰ ਸਾਰੇ ਜਿਹੜੇ ਸਲਿਪ ਹੋ ਜੋ ਥੱਲੇ ਜਿਹੜਾ ਵਾਸ਼ਰੂਮ ਦਾ ਜਿਹੜਾ ਰੈਂਪ ਹੈ ਜੀ ਬਣਿਆ ਹੋਇਆ ਨਾ 3-4 ਫੁੱਟ ਦਾ ਥੱਲੇ ਡੂੰਘਾ ਉਹ ਤੋਂ ਫਿਰ ਚੱਲਣ ਫਿਰਨ ਲੱਗਿਆ ਜਿਹੜਾ ਨਾ ਸਲਿਪ ਹੋ ਕੇ ਜਿਹੜੀ ਡਿੱਗਣ ਪੈਂਦਾ ਪਿਛਲੀ ਦਫ਼ਾ ਜਦੋਂ 12 ਆਏ ਸੀ ਮੈਂ ਡਿੱਗਿਆ ਸੀ ਮੋਹ 'ਚ ਆਏ ਸੀ ਥੋੜ੍ਹੀ ਬਹੁਤੀ ਅਤੇ ਬਾਕੀ ਨੁਕਸਾਨ ਜ਼ਿਆਦਾ ਜਿਹੜਾ ਨਾ ਕੋਈ ਨਹੀਂ ਹੋਇਆ ਕਿਉਂਕਿ ਜਿਹੜਾ ਇੱਥੇ ਕਾਫੀ ਸਾਰੇ ਜਿਹੜਾ ਡੇਂਜਰਸ ਜੀ ਜਗ੍ਹਾ ਕੁੱਤਾ ਕੁੱਤਾ ਕਿਆ ਬਾਤ ਔਰ ਉਹ ਵੇਖ ਪਾਣੀ ਜਿਹੜਾ ਜਮ੍ਹਾਂ ਹੋ ਗਿਆ ਕਾਫੀ ਸਾਰਾ ਇਸ ਤੰਦੂਰ ਦੇ ਉੱਪਰ ਔਰ ਅੱਜ ਦੇ ਵਾਲਾ ਵਿਲਾਗ ਤਾਂ ਜਿਹੜਾ ਨਾ ਯਾਦਗਾਰੀ ਰਹੇਗਾ ਬੜਾ ਹੀ ਪਿਆਰਾ ਜਿਹੜਾ ਚੱਲ ਘਰ ਨਹੀਂ ਜਾਵੇਗਾ ਉਹ ਸ਼ਾਮ ਟਾਈਮ ਜਿਹੜਾ ਗੱਡੀਆਂ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ 12 ਛੇ ਜਾਂਦੀਆਂ ਹੋਈਆਂ ਹਾਂਜੀ ਤੇ ਰੋਟੀ ਖਾ ਕੇ ਮੈਂ ਵੀ ਬਹਿਰ ਆ ਗਿਆ ਔਰ ਦੁਕਾਨ ਜਿਹੜਾ ਖੋਲ ਲਈ ਔਰ ਲੈਟ ਜਿਹੜਾ ਨਾਲ ਲੈ ਕੇ ਆਇਆ ਮੈਂ ਕਿ ਜਿਸ ਟਾਈਮ ਕੋਈ ਕਸਟਮਰ ਆਵੇਗਾ ਲੈਟ ਬਾਲ ਕੇ ਸਮਾਨ ਜਿਹੜਾ ਦੇ ਲਵਾਂਗੇ ਔਰ ਪਾਣੀ ਜਿਹੜਾ ਫਿਰ ਲੈ ਜਿਸ ਟਾਈਮ ਦਾ ਜਿਹੜਾ ਲੋੜਾ ਰੱਖਿਆ ਨਾ ਉਸ ਤੋਂ ਬਾਅਦ ਜਿਹੜਾ ਤੰਦੂਰ ਦੇ ਉੱਪਰ ਪਾਣੀ ਜਮ੍ਹਾਂ ਨਹੀਂ ਹੋਇਆ ਔਰ ਖੱਡਾ ਜਿਹੜਾ ਬੂਟੇ ਦਾ ਜਿਹੜਾ ਫੁੱਲ ਬਰੀਜ ਗਿਆ ਔਰ ਇੱਥੋਂ ਜਿਹੜਾ ਰੈਂਪ ਜਦੋਂ ਬਣ ਗਿਆ ਨਾ ਪੱਕਾ ਫਿਰ ਪਰੇਸ਼ਾਨੀ ਆ ਲਈ ਖਤਮ ਹੋਵੇਗੀ ਕਿਉਂਕਿ ਇੱਥੋਂ ਮਿੱਟੀ ਲੋੜ ਕੇ ਉਹ ਸਿੱਧੀ ਰੋਡ ਤੇ ਚਲੀ ਜਾਂਦੀ ਫਿਰ ਮੈਨੂੰ ਉੱਥੋਂ ਵਾਪਸ ਲਿਆ ਕੇ ਜੇ ਇਹਨਾਂ ਸਾਰੀਆਂ ਖਾਲੀਆਂ ਜੇ ਇਹਨਾਂ ਫਿਰ ਦੁਬਾਰਾ ਜੇ ਇਹਨਾਂ ਪੂਰੀਆਂ ਪੈਂਦੀਆਂ ਨੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਬੇਗਮ ਜੀ ਇਹਨਾਂ ਰੋਟੀਆਂ ਜੀ ਇਹਨਾਂ ਬਣਾਉਣ ਲੱਗੀ ਸੀ ਲੇਕਿਨ ਜੇ ਬਾਰਿਸ਼ ਚੱਲ ਨਹੀਂ ਆਈ ਆ ਲੇਕਿਨ ਹਨੇਰ ਕਾਫੀ ਤੇਜ਼ ਆ ਗਿਆ ਉਹ ਤੰਦੂਰ ਦਾ ਚੱਕ ਵੀ ਜਿਹੜਾ ਸੀ ਬਾਲਦੀ ਆ ਹਾਂਜੀ ਹਾਂ ਮੀਂਹ ਆ ਗਿਆ ਮੀਂਹ ਆ ਗਿਆ ਔਰ ਬੱਚਾ ਜਿਹੜਾ ਬਾਰਿਸ਼ ਔਰ ਹਵਾ ਕਾਫੀ ਜ਼ਿਆਦਾ ਜਿਹੜਾ ਤੇਜ਼ ਜਿਹੜਾ ਆ ਰਹੀ ਆ ਔਰ ਬੱਦਲ ਵੀ ਬਹੁਤ ਜ਼ਿਆਦਾ ਔਰ ਹਵਾ ਵੀ ਕਾਫੀ ਤੇਜ਼ ਆ ਪਹਿਲੇ ਜੇ ਇਹਨਾਂ ਹਵਾ ਤੇਜ਼ ਆ ਰਹੀ ਉਹ ਪਲੇਟ ਜੇ ਇਹਨਾਂ ਮੈਂ ਉੱਪਰੋਂ ਜੇ ਇਹਨਾਂ ਛੱਤ ਤੇ ਜੇ ਇਹਨਾਂ ਲਾ ਲਈ ਔਰ ਬੇਗਮ ਵੀ ਜੇ ਇਹਨਾਂ ਕਿਚਨ ਵਿੱਚ ਇਹਨਾਂ ਲੈਟ ਪਾਲ ਕੇ ਪਹਿਲੇ ਜੇ ਇਹਨਾਂ ਪੇੜੇ ਕਰ ਰਹੀ ਆ ਪੇੜੇ ਕਰਨ ਤੋਂ ਬਾਅਦ ਫਿਰ ਜੇ ਇਹਨਾਂ ਰੋਟੀਆਂ ਜੇ ਇਹਨਾਂ ਉਹ ਅਸੀਂ ਜੇ ਇਹਨਾਂ ਬਣਾ ਲਵਾਂ ਕਰ ਲੈ ਪੇੜੇ ਬਹਿਰਾਲ ਨਹੀਂ ਲੈ ਕੇ ਆਣੀਆਂ ਬਹਿਰਾਲ ਨਹੀਂ ਲੈ ਕੇ ਆਣੇ ਬੜੀ ਹਵਾ ਤੇਜ਼ ਆ ਗੱਟਾ ਨਹੀਂ ਰਹਾ ਉੱਡ ਰਿਹਾ ਨਹੀਂ 2-4 ਕਣੀਆਂ ਪੈ ਲੈਣ ਦੇ ਨਹੀਂ ਸਾਰੀ ਕਿਰਕੇ ਚ ਹੋ ਜਾਏ ਮਿੱਟੀ ਵੀ ਰਲ ਜਾਵੇਗੀ ਹਾਂ ਕਿਉਂਕਿ ਥੋੜੀ ਜਿਹੀ ਬਾਰਿਸ਼ ਹੋਗੀ ਨਾ ਉਸ ਬਾਅਦ ਜਿਸ ਤੇ ਬਾਰਿਸ਼ ਮੱਠੀ ਹੋਵੇਗੀ 2 ਲੱਕੜਾਂ ਹੋਰ ਪਾ ਕੇ ਫਿਰ ਰੋਟੀ ਲਾਲ ਸਾਂ ਠੀਕ ਹੈ ਨਾ ਹਾਂ ਗੱਟਾ ਪੈ ਗਿਆ ਤੇ ਨਾ ਖਿਲੋ ਬੈ ਔਰ ਦੁਕਾਨ ਨੇ ਤਾਂ ਬੰਦ ਕੀਤੀ ਆ ਬਾਹਰ ਉਹਨੇ ਨਾ ਤਾਲਾ ਮੈਂ ਕੋਈ ਨਹੀਂ ਲਾਇਆ ਫਿਲਹਾਲ ਜਿਹੜਾ ਹਰ ਦੀ ਤਾਲਾ ਜਿਹੜਾ ਲਾਇਆ ਦਾਰ ਉੱਪਰ ਕੋਈ ਲਾਇਆ ਤਾਲਾ ਵਿੱਚ ਜਿਹੜਾ ਰਾਤ ਦਾ ਪਹਿਲੀ ਸਾਈਡ ਤੋਂ ਦਰਵਾਜ਼ਾ ਜਿਹੜਾ ਨਾ ਕਰਦਾ ਬੰਦ ਤੰਦੂਰ ਜਿਹੜਾ ਨਾ ਦਿੱਤੇ ਨੇ ਕੱਜ ਗੱਟਾ ਇੰਨਾ ਜ਼ਿਆਦਾ ਦੁਕਾਨ ਖੋਲਣ ਦਾ ਇੱਕ ਤਾਂ ਜਿਹੜਾ ਸਾਈਡ ਜੇ ਇੰਨਾ ਇਹ ਚਲੀ ਗਈ ਆ ਦਰਵਾਜ਼ਾ ਹੀ ਬੜੀ ਖਿੱਚ ਕੇ ਬੰਦ ਹੋ ਗਿਆ ਮੈਂ ਕਿ ਬਹਿਰੂ ਜਿਹੜਾ ਨਾ ਚੱਕਰ ਲਾਈ ਜਾਵਾਂ ਤੰਦੂਰਾਂ ਦਾ ਛਾਪਰ ਨਾ ਉੱਡ ਜਾਵੇ ਤਾਲਾ ਹਾਲੇ ਤੱਕ ਮੈਂ ਲਾਇਆ ਕੋਈ ਨਹੀਂ ਐਵੇਂ ਜੇ ਇਹਨਾਂ ਰੱਖਿਆ ਹੋਇਆ ਮੈਂ ਕਿ ਜਿਸ ਟਾਈਮ
ਹਨੇਰ ਮੱਠਾ ਹੋ ਜਾਵੇਗਾ, ਇਹਨਾਂ ਬਾਰਾਂ ਛਾ ਜਾਵੇਗੀ, ਗੱਟਾ ਮਿੱਟੀ ਰੁਕ ਜਾਵੇਗਾ, ਫਿਰ ਜਿਹੜਾ ਮੈਂ ਦੁਕਾਨ ਜਿਹੜੀ ਖੋਲ੍ਹ ਲਈ ਸਕਾਂ, ਕਿਉਂਕਿ ਸ਼ਾਮ ਟਾਈਮ ਜਿਹੜੇ ਬੋਤਲਾਂ ਦੇ ਗਾਹ ਗਿਆ, ਇਸੇ ਤਰ੍ਹਾਂ ਜਿਹੜਾ ਦਸਾਂ ਵਿਸਕਾਂ ਸੀ ਨਾ, ਅੱਜ ਤੁਹਾਨੂੰ ਹੁਣ ਕਣੀਆਂ ਆ ਰਹੀਆਂ ਨੇ ਅੰਦਰ ਆ ਜਾਣਾ। ਚਲੋ ਸ਼ਾਪਾਂ ਤਾਂ ਫੇਲ ਆ ਰਹੀਆਂ, ਬਾਰਿਸ਼ ਜਿਹੜੀ ਨਾ ਸ਼ੁਰੂ ਹੋ ਗਈ ਆ, ਔਰ ਗੱਟਾ ਜਿਹੜਾ ਨਾ ਹੁਣ ਰੁਕ ਜਾਵੇਗਾ। ਹਾਂਜੀ ਹਾਂਜੀ ਹਾਂ, ਬਾਰਿਸ਼ ਆ, ਹਾਂ ਬਾਰਿਸ਼ ਰੁਕ ਜਾਵੇਗੀ ਨਾ, ਫਿਰ ਜਿਹੜਾ ਅਸੀਂ ਰੋਟੀਆਂ ਜਿਹੜੀ ਨਾ ਬਣਾ ਲਵਾਂਗੇ, ਕਿਉਂਕਿ ਗੱਟਾ ਮਿੱਟੀ ਹੋਣਾ ਕੋਈ ਸਹੀ ਹੈ ਨਾ, ਔਰ ਬੇਗਮ ਜਿਹੜੇ ਇੱਥੇ ਰੋਟੀਆਂ ਬਣਾਉਣ ਨੂੰ ਲੱਗੀ ਹੋਈ ਆ, ਇਹ ਕੀ ਹਿਸਾਬ ਆ ਵੀ ਰੋਟੀਆਂ ਪਕਾਉਣ ਦਾ। ਚਲੋ ਕਿਉਂਕਿ ਭੁੱਖ ਵੀ ਕਾਫੀ ਸਾਰੀ ਜਿਹੜੀ ਲੱਗੀ ਹੋਈ ਸੀ, ਔਰ ਦੇਜਕੀ ਦਾ ਜਿਹੜਾ ਨਾ ਛਾਬਾ, ਹਾਂ ਦੇਸੀ ਜੁਗਾੜ, ਪਾਕਰੀਆਂ ਰੋਟੀਆਂ, ਹਾਂ ਔਰ ਬਾਰਿਸ਼ ਵੀ ਜਿਹੜਾ ਪਹਿਲੇ ਨਾਲ ਕਾਫੀ ਤੇਜ਼ ਹੋ ਗਿਆ। ਨਜਾਬ ਫਾਤਮਾ ਆ ਜਾ ਉਰੇ ਆ ਜਾ ਪੁੱਤਰ, ਨਹੀਂ ਆ ਬਾਰਿਸ਼ ਵਸ ਕੇ ਰੁਕ ਜਾਂਦੀ ਨਾ, ਫਿਰ ਗੱਟਾ ਮਿੱਟੀ ਹੋਣਾ ਕੋਈ ਨਹੀਂ ਸੀ, ਬਲਕਿ ਹੁਣ ਮੈਂ ਇੱਕ ਕੰਮ ਹੋਰ ਕਹਿਣਾ, ਗੱਟਾ ਗਿਆ ਰੁਕ, ਜਿਹੜੀ ਪਿਛਲੀ ਰੋਟੀਆਂ ਨਾਕ ਤਾਂ ਆਪਣੀ ਪਹਿਲੇ ਦੀ ਬਲੀ ਹੋਈ ਆ, ਉਹਨੇ ਰੋਟੀਆਂ ਲਾ ਦੇ, ਬਾਰਿਸ਼ ਵੀ ਰੁਕ ਗਈ ਆ ਤੇ ਠੰਡੀ ਹਵਾ ਜਿਹੜੀ ਨਾ ਚੱਲ ਰਹੀ ਆ, ਹਾਂ ਕਿਉਂਕਿ ਬੱਦਲ ਜਿਹੜਾ ਕਾਫੀ ਸਾਰਾ, ਉਹ ਰੋਟੀਆਂ ਜਿਹੜੀਆਂ ਹੁਣ ਅਸੀਂ ਜਿਹੜਾ ਬਣਾ ਲਿਆ ਕਿਉਂਕਿ ਪਹਿਲਾਂ ਹੀ ਬਣ ਜਾਣੀਆਂ ਸੀ, ਲੇਕਿਨ ਉਸ ਟਾਈਮ ਜਿਹੜਾ ਗੱਟਾ ਕਾਫੀ ਸਾਰਾ ਉੱਡਿਆ ਹੋਇਆ ਸੀ, ਇਸ ਵਜ੍ਹਾ ਤੋਂ ਰੋਟੀਆਂ ਨਹੀਂ ਬਣੀਆਂ, ਫਾਰ ਜਿਹੜੀ ਨਾ ਪੈ ਰਹੀਆਂ ਕੜੀਆਂ ਤੇ ਰੋਟੀਆਂ ਜਿਹੜੀ ਲਾ ਦੇਣ, ਥੋੜੀਆਂ ਤੇਜ਼ ਹੋ ਗਈਆਂ, ਉਹ ਰੋਟੀਆਂ ਜਿਹੜੀ ਨਾ ਅਸੀਂ ਤੰਦੂਰ ਤੇ ਜਿਹੜੀ ਨਾ ਪਕਾਉਣ ਲੱਗੇ ਸੀ, ਲੇਕਿਨ ਬਾਰਿਸ਼ ਜਿਹੜੀ ਨਾ ਫਿਰ ਤੇਜ਼ ਹੋ ਗਈ ਆ, ਹੁਣ ਦੁਬਾਰਾ ਫਿਰ ਜਿਹੜੀ ਨਾ ਇੱਥੇ ਗੈਸ ਤੇ ਜਿਹੀ ਨਾ ਬਣਾ ਰਿਹਾ, ਰੋਟੀ ਪਾ ਕੇ ਫਿਰ ਜਿਹੜਾ ਬੁਲਾ ਲਵੇਗੀ। ਹਾਂ ਉਹ ਨੁਮਾਨ ਆਪਾਂ ਦੁਕਾਨ ਦੀ ਵੀ ਜਿਹੜੀ ਨਾ ਸਾਨੂੰ ਸਾਫ਼ ਸਫਾਈ ਜਿਹੜੀ ਨਾ ਕਰਨੀ ਪਾਉਣੀ ਆ ਸਾਰੀ ਟੋਟਲ, ਕਿਉਂਕਿ ਹਨੇਰ ਕਾਫੀ ਸਾਰਾ ਤੇਜ਼ ਆ, ਗੱਟਾ ਮਿੱਟੀ ਜਿਹੜਾ ਸ਼ਟਰ ਦੇ ਥੱਲੋਂ ਜਿਹੜਾ ਥੋੜਾ ਬਹੁਤ ਇੰਚੀ ਇੱਕ ਦਾ ਗੈਪ ਆ, ਉੱਥੋਂ ਜਿਹੜਾ ਗੱਟਾ ਅੰਦਰ ਚਲਾ ਜਾਂਦਾ, ਉਹਲੇ ਦਰਵਾਜ਼ੇ ਵਾਲੇ ਸਾਈਡ ਜਿਹੜੇ ਉੱਪਰੋਂ ਗੈਪ ਆ, ਇੱਧਰੋਂ ਜਿਹੜਾ ਗੱਟਾ ਚਲਾ ਜਾਂਦਾ, ਸਾਰੀ ਦੁਕਾਨ ਦੀ ਸਾਫ਼ ਸਫਾਈ ਜਿਹੜੀ ਨਾ ਮੁਕੰਮਲ ਸਾਨੂੰ ਜਿਹੜੀ ਨਾ ਕਰਨੀ ਪਾਉਣੀ, ਲੇਕਿਨ ਟੈਨਸ਼ਨ ਕੋਈ ਨਹੀਂ ਆ, ਰਾਤ ਨੂੰ ਲੈਟ ਆਈ ਤੀ ਜਿਹੜੀ ਨਾ ਸਾਰੀ ਦੁਕਾਨ ਦੀ ਸਵੇਰ ਫਿਰ ਕਸਟਮਰ ਹੁੰਦੇ ਨੇ, ਇਸ ਕਰਕੇ ਟਾਈਮ ਨਹੀਂ ਲੱਗਣਾ, ਰਾਤ ਨੂੰ ਜਿਹੜੀ ਸਾਰੀ ਸਾਫ਼ ਸਫਾਈ ਵਗੈਰਾ ਜਿਹੜੀ ਨੁਮਾਨ ਠੀਕ ਹੈ ਨਾ, ਹਾਂ ਅਸੀਂ ਜਿਹੜੀ ਨਾ ਕਰ ਲਵਾਂਗੇ ਨਾ, ਅਤੇ ਸਵੇਰੇ ਫਸਟ ਟਾਈਮ ਜਿਹੜੇ ਚਮਕੀ ਦੁਕਾਨ ਹੋਈ ਖੋਲ੍ਹ ਲਵਾਂਗੇ, ਗੱਟਾ ਮਿੱਟੀ ਪੈਣਾ ਕੋਈ ਨਹੀਂ, ਕਿਉਂਕਿ ਬਾਰਿਸ਼ ਨਾਲ ਸਾਰਾ ਗੱਟਾ ਜਿਹੜਾ ਰੋਲ ਵਾਲੇ ਜਿਹੜਾ ਇਹ ਵੀ ਬਹਿ ਜਾਵੇਗਾ, ਔਰ ਬਾਰਿਸ਼ ਜਿਹੜੀ ਨਾ ਕਾਫੀ ਸਾਰੇ ਜਿਹੜੀ ਨਾ ਆ ਗਏ, ਔਰ ਕਿਚਨ ਦਾ ਜਿਹੜੀ ਨਾ ਸਾਰੀ ਲੰਬਾਈ ਜਿਹੜੀ ਨਾ ਕੀਤੀ ਹੋਈ ਸੀ ਨਾ, ਮਿੱਟੀ ਜਿਹੜੀ ਨਾ ਸਾਰੀ ਲੋੜ ਕੇ ਲਾਲ ਜਿਹੜੀ ਨਾ ਉਹ ਸਾਈਡ 'ਤੇ ਜਿਹੜੀ ਨਾ ਜਾ ਰਹੀ, ਔਰ ਨਜ਼ਰ ਜਿਹੜੀ ਨਾ ਆ ਰਹੀ ਹੋਣੀ ਆ, ਲਾਲ ਮਿੱਟੀ ਜਿੰਨੀ ਕਿ ਜਿਹੜੀ ਨਾ ਲੋੜ ਕੇ ਜਿਹੜੀ ਨਾ ਉਹ ਆਪਣੀ ਸਾਈਡ ਵੱਲ ਜਿਹੜੀ ਨਾ ਜਾਂਦੀ ਪਈ ਆ, ਔਰ ਬਾਰਿਸ਼ ਜਿਹੜੀ ਨਾ ਪਾਣੀ ਇੱਥੇ ਜਿਹੜੀ ਨਾ ਜਮ੍ਹਾਂ ਹੋਣਾ ਜਿਹੜੀ ਨਾ ਸ਼ੁਰੂ ਹੋ ਗਿਆ, ਔਰ ਥੋੜ੍ਹੀ ਬਹੁਤੀ ਜਿਹੜੀ ਨਾ ਰੋਸ਼ਨੀ ਹੋਣ ਹੋਈ ਆ, ਪਹਿਲੇ ਜਿਹੜਾ ਗੱਟਾ ਮਿੱਟੀ ਕਾਫੀ ਸਾਰਾ ਸੀ, ਉਹਦੀ ਵਜ੍ਹਾ ਤੋਂ ਜਿਹੜਾ ਅੰਧੇਰਾ ਮਹਿਸੂਸ ਹੋ ਰਿਹਾ ਸੀ, ਬਾਰਿਸ਼ ਬੜੀ ਆ ਗਈ ਹੁਣ, ਹਾਂ ਮੌਸਮ ਤਾਂ ਮਾਸ਼ਾਅੱਲਾ ਜਿਹੜਾ ਬੜਾ ਠੰਡਾ ਹੋ ਗਿਆ। ਚਲੋ ਰੋਟੀਆਂ ਜਿਹੜੀ ਨਾ ਸਾਡੀਆਂ ਨਾਲ ਨਾਲ ਜਿਹੜੀ ਨਾ ਬਣ ਗਈ, ਔਰ ਮੈਂ ਗਾਰਡਨ ਨਾਲ ਚੱਕਰ ਲਾਉਣਾ, ਹੋਰ ਥੋੜ੍ਹੀ ਜਿਹੀ ਬਾਰਿਸ਼ ਆਉਂਦੀ ਨਾ ਫਿਰ ਗਾਰਡਨ ਨਾਲ ਚੱਕਰ ਲਾਉਂਦੇ ਹਾਂ ਵੀ ਪਰਲੀ ਸਾਈਡ 'ਤੇ ਜਿਹੜਾ ਪਾਣੀ ਜਿਹੜਾ ਦੀਵਾਰ ਨਾ ਪਵੇ, ਕਿਉਂਕਿ ਉਹਦੇ ਲਈ ਐਵਲੀ ਟੈਂਸ਼ਨ ਵਗੈਰਾ ਖਤਮ ਹੋਈ, ਤੋੜ ਟਿੱਕਰ ਜਿਹੜੀ ਆਪਣੀ ਦੀਵਾਰ ਜਿਹੜੀ ਹੋ ਗਈ ਉਹ ਸਾਈਡ ਵੱਲ ਜਿਹੜਾ ਦੀਵਾਰ ਰਹਿੰਦੀ ਆ,
ਉਹ ਦੀਵਾਰ ਉਧਰਲੀ ਸਾਈਡ ਨੂੰ ਜੇ ਗਾਰਡਨ ਲਓਗੀ ਨਾ ਫਿਰ ਪਰੇਸ਼ਾਨੀ ਵਗੈਰਾ ਜੇ ਨਾ ਕੋਈ ਨਹੀਂ ਆ। ਔਰ ਇੱਥੇ ਹੁਣ ਸਾਨੂੰ ਇਤਨੀ ਮੁਸ਼ਕਿਲ ਆਉਣੀ ਹੈ ਨਾ ਇਹਦੀ ਸਾਈਡ ਤੇ ਵਾਸ਼ਰੂਮ ਵਾਲੀ ਸਾਈਡ ਨੂੰ ਜੇ ਜਾਣਾ ਹੋਵੇ ਨਾ ਜਦੋਂ ਬਾਰਿਸ਼ ਆਉਂਦੀ ਨਹੀਂ ਮੁਸ਼ਕਿਲ ਆਉਂਦੀ ਕਿਉਂਕਿ ਇੱਧਰ ਸਾਰੇ ਜਗ੍ਹਾ ਸਲਿਪ ਹੋ ਜੋ ਥੱਲੇ ਜਿਹੜਾ ਵਾਸ਼ਰੂਮ ਦਾ ਜਿਹੜਾ ਰੈਂਪ ਹੈ ਜੀ ਬਣਿਆ ਹੋਇਆ ਨਾ 3-4 ਫੁੱਟ ਦਾ ਥੱਲੇ ਡੂੰਘਾ ਉੱਥੋਂ ਫਿਰ ਚੱਲਣ ਫਿਰਨ ਲੱਗਿਆ ਜੇ ਇਹਨਾਂ ਸਲਿਪ ਹੋ ਕੇ ਜੇ ਡਿੱਗਣ ਪੈਂਦਾ। ਪਿਛਲੀ ਦਫ਼ਾ ਜਦੋਂ ਬਾਰਿਸ਼ ਆਈ ਸੀ ਮੈਂ ਡਿੱਗਿਆ ਸੀ ਮੋਹ 'ਚ ਆਈ ਸੀ ਥੋੜ੍ਹੀ ਬਹੁਤੀ ਅਤੇ ਬਾਕੀ ਨੁਕਸਾਨ ਜ਼ਿਆਦਾ ਜੇ ਇਹਨਾਂ ਕੋਈ ਨਹੀਂ ਹੋਇਆ ਕਿਉਂਕਿ ਜੇ ਇਹਨਾਂ ਇੱਥੇ ਕਾਫੀ ਸਾਰੇ ਜੇ ਇਹਨਾਂ ਡੇਂਜਰਸ ਜੀ ਜਗ੍ਹਾ ਕਿਉਂਕਿ ਥੱਲੇ ਜਿਹੜਾ ਰੈਂਪ ਨਾ ਹੋਵੇ ਉੱਥੇ ਰੈਂਪ 'ਤੇ ਅਸੀਂ ਇੱਟਾਂ ਮਿਲਾ ਵੀ ਹੈ ਨਾ ਇੱਟਾਂ 'ਤੇ ਚੱਲਣ ਲੱਗਿਆ ਜਾਂਦਾ ਫਿਰ ਵੀ ਬੰਦਾ ਡਿੱਗਣ ਪੈਂਦਾ ਅਤੇ ਕੋਈ ਨਹੀਂ ਜਦੋਂ ਇਹ ਚੀਜ਼ ਬਣ ਗਿਆ ਨਾ ਪੱਕਾ ਜਿਹੜਾ ਵਾਸ਼ਰੂਮ ਵਗੈਰਾ ਜਿਹੜਾ ਬਣ ਗਿਆ ਨਾ ਉਪਲੀ ਸਾਈਡ ਉੱਚਾ ਹੋ ਗਿਆ ਨਾ ਫਿਰ ਇੱਥੇ ਜਿਹੜਾ ਤੋੜ ਦਿੱਕਰ ਜਿਹੜਾ ਕੱਚਾ ਜਿਹੜਾ ਕਰਦੇ ਮੰਗੇ ਨਾ ਬਜਰੀ ਸੀਮੈਂਟ ਨਾਲ ਅਤੇ ਫਿਰ ਜਿਹੜਾ ਦੁਬਾਰਾ ਜਿਹੜਾ ਪਰੇਸ਼ਾਨੀ ਨਹੀਂ ਹੋਵੇਗੀ। ਬਾਰਿਸ਼ ਕਾਫੀ ਮਾਸ਼ਾਅੱਲਾ ਜੇ ਗੱਲਾਂ ਪਾਕ ਲੱਖ ਲੱਖ ਕਰ ਰਹਿ ਮੰਦੀ ਬਾਰਿਸ਼ ਆ ਰਹੀ ਆ ਬਾਰਾ ਜ਼ਿਆਦਾ ਸਪੀਡ ਨਾਲ ਜਿਹੜਾ ਕੋਈ ਨਹੀਂ ਆਏ ਪਹਿਲੇ ਜਿਹੜਾ ਹਵਾ ਥੋੜ੍ਹੀ ਤੇਜ਼ ਆਈ ਹੈ ਲੇਕਿਨ ਹੁਣ ਬਾਰਾ ਜਿਹੜਾ ਮੱਠੀ ਮੱਠੀ ਪਾਰ ਇੰਜੋਏ ਕਰ ਰਹੇ ਹਾਂ ਕਿਉਂ ਨੁਮਾਨ ਹਾਂ ਠੰਡੇ ਕੂਲਰ ਮਾਸ਼ਾਅੱਲਾ ਜਿਹੜਾ ਚੱਲੇ ਪਾਰ ਜਿਹੜੇ ਅੰਦਰ ਪਿਆ ਪਹਿਲੀ ਸਾਈਡ ਵੱਲ ਬਾਰਾ ਜਿਹੜਾ ਜ਼ਿਆਦਾ ਹੋ ਰਹੀ ਹੈ ਕਮਰੇ ਵਾਲੀ ਸਾਈਡ ਵੱਲ ਜਿਹੜਾ ਬਾਰਿਸ਼ ਕੰਮ ਔਰ ਠੰਡੀ ਜਿਹੜਾ ਪਾਰ ਚੱਲ ਰਹੀ ਹੈ ਇੰਜੋਏ ਕਰ ਰਹੇ ਹਾਂ ਮੌਸਮ ਹਾਂ ਨੁਮਾਨ ਚੱਲੇ ਸਾਈਡ 'ਤੇ ਆ ਰਹੇ ਮਾਸ਼ਾਅੱਲਾ ਔਰ ਇੰਨਾ ਠੰਡਾ ਮਾਹੌਲ ਬਣ ਗਿਆ ਨਾ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ ਬਹੁਤ ਠੰਡਾ ਮਾਸ਼ਾਅੱਲਾ ਜਿਹੜਾ ਮਾਹੌਲ ਬਣ ਗਿਆ ਔਰ ਸਾਰੀ ਬਾਰਾ ਜੇ ਨਾ ਅੱਛਾ ਨਾ ਤੇਰੇ ਯਾਦ ਰਿਹਾ ਨਾ ਮੇਰੇ ਯਾਦ ਰਿਹਾ ਮੰਜਾ ਬਾਹਰੇ ਭਿੱਜ ਗਿਆ ਹਾਲਾਂ ਖੜੇ ਵੀ ਆਪਾਂ ਕੋਲ ਰਹੇ ਹਾਂ ਉਹ ਹੁਣ ਮੈਂ ਸਾਈਡ ਵੱਲ ਜਾਣਾ ਨਹੀਂ ਇੱਥੇ ਅੰਦਰ ਖਿੱਚਣ ਦੇ ਹੁਣ ਮੈਂ ਦੇਖਿਆ ਨਹੀਂ ਕੈਮਰਾ ਉਹ ਸਾਈਡ ਵੱਲ ਘੁਮਾਇਆ ਤੇ ਮੰਜਾ ਜਿਹੜਾ ਮੈਂ ਦੇਖਿਆ ਕਿਉਂਕਿ ਇਹਨਾਂ ਬਾਰਿਸ਼ ਦੀ ਖੁਸ਼ੀ ਦੇ ਵਿੱਚ ਜਿਹੜਾ ਕਿਉਂਕਿ ਕਾਫੀ ਦਿਨ ਹੋ ਗਿਆ ਮਹੀਨਾ ਹੋ ਗਿਆ ਇੰਨੀ ਜ਼ਿਆਦਾ ਜੇ ਇਹਨਾਂ ਗਰਮੀ ਆ ਰਹੀ ਹੈ ਲੇਕਿਨ ਜਿਹੜਾ ਬੱਦਲ ਬਣਦੇ ਸੀ ਬਾਰਿਸ਼ ਕੋਈ ਨਹੀਂ ਆਉਂਦੀ ਸੀ ਲੇਕਿਨ ਹੁਣ ਗਰਮੀ ਜੇ ਇਹਨਾਂ ਪਹਿਲੇ ਨੂੰ ਕੁਝ ਕੰਮ ਹੋ ਜਾਵੇਗੀ ਉਹ ਨਿਜਾ ਫਾਤਮਾ ਨੂੰ ਪਹਿਲੀ ਰੋਟੀ ਜੇ ਇਹਨਾਂ ਮਿਲ ਗਈ ਆ ਆ ਜਾ ਲੀਮਾ ਸਾਦੀਆ ਦਰਵਾਜ਼ਾ ਨਾ ਬੰਦ ਕਰ ਆ ਜਾ ਰੋਟੀ ਖਾ ਲਾ ਰੋਟੀ ਅੱਛੀ ਲੱਗ ਰਹੀ ਆ ਸਾਲਣ ਨਹੀਂ ਖਾਣਾ ਐਵੇਂ ਸਾਦੀ ਰੋਟੀ ਖਾਣੀ ਆ ਸਾਲਣ ਨਹੀਂ ਖਾਣਾ ਚਲੋ ਠੀਕ ਮਜ਼ੇਦਾਰ ਰੋਟੀ ਬਣੀ ਆ ਹੈ ਚਲੋ ਠੀਕ ਅਲੀਮਾ ਸਾਦੀਆ ਆ ਜਾ ਰੋਟੀ ਖਤਮ ਹੋ ਜਾਣੀ ਰੋਟੀ ਖਾ ਲਾ ਪਹਿਲਾਂ ਆ ਜਾ ਸ਼ਾਬਾਸ਼ ਉਹ ਦਰਵਾਜ਼ਾ ਬੰਦ ਕਰ ਰਹੀ ਕਹਿ ਰਹੀ ਆ ਪਾਪਾ ਬਹਿਣ ਜਣ ਮੀਂਹ ਆ ਔਰ ਮੰਜਾ ਜਿਹੜਾ ਮੈਂ ਅੰਦਰ ਕੋਈ ਨਹੀਂ ਲੈਂਦਾ ਕਿਉਂਕਿ ਅੰਦਰ ਕਿਚਨ ਨੇ ਪਹਿਲਾਂ ਜਿਹੜੀ ਜਗ੍ਹਾ ਕਾਫੀ ਸਾਰੀ ਤੰਗ ਆ ਇਹਨੇ ਦੀਵਾਰ ਦੇ ਨਾਲ ਇੰਜ ਕਰਕੇ ਜਿਹੜਾ ਰੱਖ ਦਿੱਤਾ ਅੱਛਾ ਬਾਰਿਸ਼ ਰੁਕ ਜਾਵੇਗੀ ਨਾ ਉਸ ਬਾਅਦ ਜਿਹੜਾ ਮੰਜੇ ਇੱਥੇ ਜਿਹੜਾ ਬਾਹਰ ਕੱਢਣੇ ਤਾਂ ਠੰਡੀਆਂ ਹਵਾ ਚੱਲਣੀਆਂ ਨੇ ਕਿਉਂਕਿ ਪਹਿਲੇ ਤਾਂ ਜਿਹੜਾ ਇੱਥੇ ਕਾਫੀ ਸਾਰਾ ਫਰਸ਼ ਗਰਮ ਹੁੰਦਾ ਸੀ ਨਾ ਸੇਕਾ ਹੁੰਦਾ ਸੀ ਲੇਕਿਨ ਅੱਜ ਮੰਜੇ ਬਾਹਰ ਕੱਢਣੇ ਤਾਂ ਸਾਰਾ ਠੰਡੀ ਹਵਾ ਜਿਹੜਾ ਚੱਲਣੀ ਆ ਪੱਖੇ ਦੀ ਜ਼ਰੂਰਤ ਨਹੀਂ ਹੋਣੀ ਲਾਈਟ ਆਵੇ ਨਾ ਆਵੇ ਕੋਈ ਮਸਲਾ ਨਹੀਂ ਹੋਣਾ ਠੰਡੀ ਹਵਾ ਚੱਲੇਗੀ ਆ ਜਾਓ ਨਾਮਨ ਇੱਧਰ ਆ ਜਾ ਇੱਧਰ ਮੈਂ ਰੋਟੀ ਤੈਨੂੰ ਕਹਿੰਦਾ ਤੂੰ ਫਿਰ ਪਾਣੀ ਵੱਲ ਚਲੀ ਜਾਂਦੀ ਆ ਜਾ ਸਰ ਔਰ ਆ ਕਿਚਨ ਦਾ ਜਿਹੜਾ ਅਫਸੋਸ ਲੱਗਿਆ ਖੜਾ ਕਿਉਂਕਿ ਸਾਰੀ ਮਿੱਟੀ ਜਿਹੀ ਨਾ ਖੁਰ ਕੇ ਐਨ ਚਲੀ ਗਈ ਹੈ ਸਾਰੀ ਉਹ ਤਨ ਦਿੱਕਤ ਜਿਹੀ ਨਾ ਮਿੱਟੀ ਲੋੜ ਕੇ ਚਲੀ ਗਈ ਇਹਨੂੰ ਪੋਚਾ ਜਿਹੜਾ ਦੁਬਾਰੇ ਮਾਰਾਂਗੇ ਲੰਬਾਈ ਤਾਂ ਫਿਲਹਾਲ ਨਹੀਂ ਹੋਣੀ ਲੇਕਿਨ ਪੋਚਾ ਜਿਹੜਾ ਇਹ ਸਵੇਰੇ ਜਿਹੜਾ ਫਿਰ ਮਾਰ ਦੇਵਾਂਗੇ ਮੌਸਮ ਜਿਹੜਾ ਸਾਫ਼ ਹੋਇਆ ਨਾ ਤੇ ਪੋਚਾ ਜਿਹੜਾ ਲਾ ਦੇਵਾਂਗੇ ਮਾਸ਼ਾਅੱਲਾ ਔਰ ਮੈਂ ਵੀ ਹੁਣ ਜਿਹੜਾ ਚੱਲਿਆ ਬਾਹਰ ਮੈਂ ਆਖੇ ਤੰਦੂਰਾਂ ਨੂੰ ਚੱਕਰ ਜਿਹੜਾ ਲਾਈ ਆਵਾਂ ਕਿਉਂਕਿ ਜਿਹੜਾ ਛਾਪਰ ਨਾ ਉੱਡ ਗਿਆ ਚੱਲ ਚੱਲ ਬਹਿ ਜਾਓ ਪਰ ਅੰਦਰ ਬਹਿ ਜਾਓ ਮੈਂ ਆਖਿਆ ਇਧਰਲੀ ਸਾਈਡ ਛਾਪਰ ਹੀ ਨਾ ਉੱਡ ਗਿਆ ਔਰ ਪਰਨਾਲਾ ਤੇ ਜਿਹੜਾ ਚੱਲਿਆ ਖੋਤਾ ਕਿਆ ਬਾਤ ਔਰ ਉਹ ਵੇਖ ਪਾਣੀ ਜਿਹੜਾ ਜਮ੍ਹਾਂ ਹੋ ਗਿਆ ਕਾਫੀ ਸਾਰਾ ਇਸ ਤੰਦੂਰ ਦੇ ਉੱਪਰ
ਕਿਉਂਕਿ ਇੱਥੇ ਉੱਪਰ ਪਾਣੀ ਜਾਣਾ ਜਮ੍ਹਾਂ ਹੋ ਜਾਵੇ ਨਾ ਫਿਰ ਜਾਣਾ ਲੀਕਿੰਗ ਹੋ ਜਾਵੇ ਤਾਂ ਲੂਰ ਜਾਣਾ ਸਾਰਾ ਖਰਾਬ ਹੋ ਜਾਂਦਾ। ਇਸ ਵਾਸਤੇ ਪਾਣੀ ਜਾਣਾ ਸਾਰਾ, ਔਰ ਇੱਥੇ ਜਾਣਾ ਜ਼ਿਆਦਾ ਪਾਣੀ ਜਾਣਾ ਜਮ੍ਹਾਂ ਇਸ ਵਜ੍ਹਾ ਤੋਂ ਜਾਣਾ ਹੋ ਜਾਂਦਾ, ਔਰ ਇੱਥੇ ਜਾਣੇ ਨੂੰ ਟੈਪ ਜੇ ਕਰ ਦਿੰਦੇ ਹਾਂ। ਆ ਇਹ ਕਰੋੜਾ ਜਾਣਾ ਇੱਥੇ ਸੈਂਟਰ ਹੈ, ਜੇ ਇੱਥੇ ਰੱਖ ਦਿੰਦੇ ਹਾਂ। ਚੱਲ ਹੁਣ ਪਾਣੀ ਜਾਣਾ ਸੱਜਾ ਭਰਿਆ ਜਾਂਦਾ ਰਹੇਗਾ, ਔਰ ਬਾਰਿਸ਼ ਜਿਹੜਾ ਮਾਸ਼ਾਅੱਲਾ ਆ ਵੀ ਕਾਫੀ ਸਾਰੀ ਰਹੀ ਹੈ। ਔਰ ਮੈਂ ਇੱਕ ਜਿਹੜਾ ਹੋਰ ਸੋਚ ਰਿਹਾ ਕਿ ਸ਼ਟਰ ਜਿਹੜਾ ਖੋਲ੍ਹ ਦਿੰਦੇ ਹਾਂ, ਸ਼ਟਰ ਇੰਝ ਖੋਲ੍ਹ ਦਿੰਦੇ ਹਾਂ ਕਿਉਂਕਿ ਬਾਰਿਸ਼ ਜਿਹੜਾ ਮਤਲਬ ਕਿ ਆ ਗਈ ਆ ਗੱਟਾ ਜਿਹੜਾ ਉਹਨਾਂ ਕੋਈ ਨਹੀਂ, ਅਤੇ ਸ਼ਟਰ ਖੋਲ੍ਹ ਕੇ ਦੁਕਾਨ 'ਤੇ ਜਿਹੜਾ ਬਹਿ ਜਾਂਦੇ ਹਾਂ। ਲੇਕਿਨ ਜਿਹੜਾ ਲਾਈਟ ਕੋਈ ਨਹੀਂ, ਹਨੇਰਾ ਹੋਣਾ, ਅਤੇ ਇਸ ਵਜ੍ਹਾ ਤੋਂ ਜਿਹੜਾ ਫਿਰ ਕਹਿ ਰਿਹਾ ਲਾਈਟ ਆ ਲਵੇ ਨਾ, ਫਿਰ ਜਿਹੜਾ ਖੋਲ੍ਹ ਲਵਾਂਗੇ ਦੁਕਾਨ। ਬਾਕੀ ਮੌਸਮ ਮਾਸ਼ਾਅੱਲਾ ਜਿਹੜਾ ਬੜਾ ਵਧੀਆ ਹੋ ਗਿਆ, ਪਿੰਡ ਜਿਹੜਾ ਦਿਖਾ ਦਈਏ ਬਾਰਿਸ਼ ਦੀ ਜਿਹੜਾ ਰੂਟੀਨ, ਔਰ ਬੜਾ ਹੀ ਪਿਆਰਾ ਪਿੰਡ ਲੱਗ ਰਿਹਾ, ਕਿਆ ਬਾਤ। ਔਰ ਅੱਜ ਦੇ ਵਾਲਾ ਵਿਲਾਗ ਤਾਂ ਜਿਹੜਾ ਯਾਦਗਾਰੀ ਰਹੇਗਾ, ਬੜਾ ਹੀ ਪਿਆਰਾ ਜਿਹੜਾ। ਚੱਲ ਘਰ ਚੱਲ ਚੱਲ, ਰੋਟੀ ਪਾ ਗਈ, ਰੋਟੀ ਵੀ ਖਾ ਘਰ ਚੱਲ, ਸ਼ਾਬਾਸ਼। ਕਿਉਂਕਿ ਮੈਂ ਜਿਹੜਾ ਹੋਣਾ ਦਰਵਾਜ਼ਾ ਜਿਹੜਾ ਖੋਲ੍ਹ ਲੈਣਾ, ਅਤੇ ਡੋਗ ਜਿਹੜਾ ਮੇਰੇ ਨਾਲ ਹੀ ਜਿਹੜਾ ਨਿਕਲ ਆਇਆ। ਆ ਜਾ ਘਰੇ, ਬਾਰਾਂ ਛੇ ਕਿਧਰੇ ਨਿਕਲਣਾ ਜਾਈਂ, ਆ ਜਾ ਆ ਜਾ ਆ ਜਾ ਆ ਜਾ ਆ ਜਾ। ਉਹ ਸਲਿੱਪ ਹੋ ਗਈ ਸੀ, ਆ ਜਾ ਆ ਜਾ ਘਰ ਚੱਲ 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 ਘਰ ਘਰ। ਔਰ ਮੈਂ ਵੀ ਜਿਹੜਾ ਇੱਥੇ ਜਿਹੜਾ ਰੁਕਣਾ, ਔਰ ਇਹਦੇ ਸਾਈਡ ਵੱਲ ਜਿਹੜਾ ਪਾਣੀ ਜਿਹੜਾ ਇੱਧਰੋਂ ਦੁਕਾਨ 'ਤੇ ਆ ਰਿਹਾ ਨਾ, ਜਿਹੜਾ ਸ਼ਟਰ ਦਾ ਗੈਪ ਸੀ ਨਾ ਇਹਦੇ ਸਾਈਡ, ਉਹ ਉੱਪਰੋਂ ਜਿਹੜਾ ਪਾਣੀ ਵੀ ਜਿਹੜਾ ਥੱਲੇ ਦੀ ਕਰਕੇ ਜਿਹੜਾ ਚੁੰਦਾ ਨਾ, ਉਹ ਗੈਪ ਜਿਹੜਾ ਸ਼ੇਡ ਦਾ ਜਿਹੜਾ ਬੰਦ ਕਰਨਾ ਸੀ ਨਾ, ਫਿਰ ਪਾਣੀ ਅੰਦਰਲੀ ਸਾਈਡ ਵੱਲ ਜਿਹੜਾ ਨਹੀਂ ਜਾਵੇਗਾ। ਉਹ ਸ਼ਾਮ ਟਾਈਮ ਜਿਹੜਾ ਗੱਡੀਆਂ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ, ਬਾਰਿਸ਼ ਜਾਂਦੀਆਂ ਹੋਈਆਂ। ਵੈਸੇ ਪਿੰਡ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾ ਬਾਰਿਸ਼ 'ਚ, ਬਹੁਤ ਜ਼ਿਆਦਾ ਖੂਬਸੂਰਤ ਪਿੰਡ ਲੱਗ ਰਿਹਾ, ਕਿਆ ਬਾਤ ਹੈ। ਚਲੋ ਜੀ, ਮੈਂ ਵੀ ਹੁੰਦੀ ਜਾਂਦਾ ਜਾਂਦਾ ਅੰਦਰ, ਲਾਈਟ ਆਉਂਦੀ ਹੈ ਨਾ ਫਿਰ ਜਿਹੜਾ ਦੁਕਾਨ ਖੋਲ੍ਹ ਕੇ ਬਹਿੰਦੇ ਹਾਂ। ਅਗਰ ਲਾਈਟ ਨਾ ਵੀ ਆਈ ਨਾ, ਰੋਟੀ ਖਾ ਕੇ ਨਾ, ਤਾਂ ਦੁਕਾਨ 'ਤੇ ਜਾਂਦਾ ਲਾਜ਼ਮਨ ਜਾਂਦਾ ਖੋਲ੍ਹ ਲੈਂਦਾ, ਇਸ ਕਰਕੇ ਜਿਹੜਾ ਖੋਲ੍ਹ ਲੈਂਦਾ ਕਿਉਂਕਿ ਜਿਹੜਾ ਸ਼ਾਮ ਟਾਈਮ ਕਸਟਮਰ ਆਉਂਦੇ ਨੇ। ਦੂਸਰੀ ਬੈਟਰੀ ਜਿਹੜੀ ਨਾ ਇਹ ਬਾਲ ਕੇ ਜਿਹੜਾ ਰੱਖ ਲਵਾਂਗੇ, ਬਸ ਮੈਂ ਇੱਧਰ ਚੱਲਿਆ ਗਾਰਡਨ ਵਾਲੀ ਸਾਈਡ ਵੱਲ, ਫੇਰਾ ਜਿਹੜਾ ਮਾਰ ਲਵਾਂਗਾ ਜਿਹੜਾ ਕਿਧਰੇ ਪਾਣੀ ਨਾ ਰੁਕਿਆ ਖੜਾ ਹੋਵੇ। ਬਲਕਿ ਜਿਹੜਾ ਗਾਰਡਨ ਨੂੰ ਪਾਣੀ ਮੈਂ ਦੋ ਤਿੰਨ ਦਿਨ ਉਹ ਲੈ ਕੇ ਸੱਜਾ ਪਾਣੀ ਪੀ ਗਿਆ ਹੋਣਾ, ਹਾਂ ਸਬਜ਼ ਹੋ ਗਿਆ ਗਾਰਡਨ, ਗਾਰਡਨ ਪਹਿਲੇ ਨਾਲ ਜਿਹੜਾ ਬਿਲਕੁਲ ਜਿਹੜਾ ਸਬਜ਼ ਹੋ ਗਿਆ, ਇਸ ਕਰਕੇ ਹੋ ਗਿਆ ਗੱਟਾ ਮਿੱਟੀ ਜਿੰਨਾ ਕੁ ਸੀ ਨਾ ਸਾਰਾ ਜਿਹੜਾ ਨਾ ਸਾਫ਼ ਹੋ ਗਿਆ। ਹਾਂਜੀ, ਅਤੇ ਰੋਟੀ ਖਾ ਕੇ ਮੈਂ ਵੀ ਬਹਿਰ ਆ ਗਿਆ, ਔਰ ਦੁਕਾਨ ਜਿਹੜੀ ਨਾ ਖੋਲ੍ਹ ਲਈ, ਔਰ ਲਾਈਟ ਜਿਹੜੀ ਨਾਲ ਲੈ ਕੇ ਆਇਆ ਮੈਂ, ਕਿ ਜਿਸ ਟਾਈਮ ਕਸਟਮਰ ਆਵੇਗਾ ਲਾਈਟ ਬਾਲ ਕੇ ਸਮਾਨ ਜਿਹੜਾ ਨਾ ਦੇ ਲਵਾਂਗੇ। ਔਰ ਪਾਣੀ ਜਿਹੜਾ ਨਾ ਫਿਰ ਲਾਲ, ਜਿਸ ਟਾਈਮ ਦਾ ਜਿਹੜਾ ਨਾ ਰੋੜਾ ਰੱਖਿਆ ਨਾ, ਉਸ ਤੋਂ ਬਾਅਦ ਜਿਹੜਾ ਤਲੂਰ ਦੇ ਉੱਪਰ ਪਾਣੀ ਜਮ੍ਹਾਂ ਨਹੀਂ ਹੋਇਆ, ਔਰ ਖੱਡਾ ਜਿਹੜਾ ਨਾ ਬੂਟੇ ਦਾ ਜਿਹੜਾ ਨਾ ਫੁੱਲ ਬਰੀਜ ਗਿਆ, ਔਰ ਇੱਥੋਂ ਜਿਹੜਾ ਨਾ ਰੈਂਪ ਜਦੋਂ ਬਣ ਗਿਆ ਨਾ ਪੱਕਾ, ਫਿਰ ਪਰੇਸ਼ਾਨੀ ਆ ਲਈ ਖਤਮ ਹੋਵੇਗੀ, ਕਿਉਂਕਿ ਇੱਥੋਂ ਮਿੱਟੀ ਲੁੜ ਕੇ ਉਹ ਸਿੱਧੀ ਰੋਡ 'ਤੇ ਚਲੀ ਜਾਂਦੀ, ਫਿਰ ਮੈਨੂੰ ਉੱਥੋਂ ਵਾਪਸ ਲਿਆ ਕੇ ਜਿਹੜਾ ਸਾਰੀਆਂ ਖਾਲੀਆਂ ਜਿਹੜੀਆਂ ਫਿਰ ਦੁਬਾਰਾ ਜਿਹੜੀਆਂ ਪੂਰੀਆਂ ਪੈਂਦੀਆਂ ਨੇ, ਕਿਉਂਕਿ ਜਿਸ ਦਿਨ ਬਾਰਿਸ਼ ਆਵੇ ਨਾ ਇਹ ਕੰਮ ਮੇਰੇ ਵਾਸਤੇ ਲਾਜ਼ਮੀ ਨਿਕਲ ਆਉਂਦਾ, ਕਿਉਂਕਿ ਇੱਥੋਂ ਜਿਹੜਾ ਪਾਣੀ ਅੰਦਰ ਤਾਂ ਜਾਂਦਾ ਨਾ, ਅਤੇ ਇੱਥੇ ਪੱਕਾ ਫਰਸ਼ ਤੋਂ ਹੁੰਦਾ, ਫਿਰ ਟੈਨਸ਼ਨ ਕੋਈ ਨਹੀਂ ਸੀ, ਉਹ ਰੋਡ ਤੀਕਰ ਮਿੱਟੀ ਚਲੀ ਜਾਂਦੀ, ਫਿਰ ਮੈਨੂੰ ਉੱਥੋਂ ਨਾ ਰੋਡ ਹੀ ਸਾਰਾ ਸਾਫ਼ ਕਰਨਾ ਪੈਂਦਾ। ਚਲੋ ਹੁਣ ਬਹਿੰਦੇ ਹਾਂ, ਲਾਈਟ ਦਾ ਜਿਹੜਾ ਇੰਤਜ਼ਾਰ ਕਰਨੇ ਆ, ਆ ਗਈ ਠੀਕ ਨੇ, ਫਿਰ ਲਾਲ ਜਿਹੜਾ ਘੰਟਾ ਡੇਢ ਦੁਕਾਨ ਉੱਥੇ ਰਹੇਗੀ। ਹਾਂਜੀ, ਅਤੇ ਦੁਕਾਨ ਜਿਹੜਾ ਕਰਤੀ ਆ ਬੰਦ, ਔਰ ਮੈਂ ਵੀ ਕੱਪੜੇ ਜਿਹੜਾ ਚੇਂਜ ਕਰ ਰਿਹਾ, ਕਿਉਂਕਿ ਇੱਥੇ ਜਿਹੜਾ ਸਲਿੱਪ ਹੋ ਗਿਆ, ਮੈਂ ਵੀ ਜਿਹੜਾ ਦਰਵਾਜ਼ੇ 'ਤੇ, ਔਰ ਬਾਰਾਂ ਜਿਹੜਾ ਰੁਕ ਗਈ ਆ, ਕਾਲਾ ਜਿਹੜਾ ਮੈਂ ਲਾ ਦਿੱਤੇ ਨੇ, ਅਤੇ ਬਾਕੀ ਬਾਈ ਹੋਰ ਦੁਕਾਨ ਜਿਹੜਾ ਖੁੱਲ੍ਹੀ ਆ, ਕਿਉਂਕਿ ਉੱਧਰ ਜਿਹੜਾ ਲਾਈਟ ਆ, ਕਿਉਂਕਿ ਬਾਈ ਹੋਰ ਯੂਪੀ ਐਸ ਜਿਹੜਾ ਖਵਾਇਆ ਉਹਨਾਂ ਨੇ, ਇਸ ਕਰਕੇ ਜਿਹੜਾ ਲਾਈਟ ਦੀ ਪਰੇਸ਼ਾਨੀ ਜਿਹੜਾ, ਔਰ ਇੱਧਰਲਾ ਵੀ ਜਿਹੜਾ ਤਾਲਾ ਜਿਹੜਾ ਲਾ ਦਿੱਤਾ, ਔਰ ਬਾਕੀ
ਬਿਸਤਰੇ ਜਿਹੜਨਾ ਬੇਗਮ ਨੇ ਜਿਹੜਨਾ ਬਣਾ ਦਿੱਤੇ ਨੇ ਔਰ ਬੱਚੇ ਜਿਹੜੇ ਨੇ ਸੌਂ ਗਏ ਨੇ ਔਰ ਬਾਕੀ ਇਨਸ਼ਾਅੱਲਾ ਸਵੇਰੇ ਫਸਟ ਟਾਈਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇ। ਬਰੀਕ ਬਰੀਕ ਕਣੀਆਂ ਜਿਹੜੀਆਂ ਹਾਲੀ ਤਿੱਕਰ ਜਿਹੜੀਆਂ ਪੈ ਰਹੀਆਂ ਔਰ ਮੈਂ ਵੀ ਆ ਪਾਣੀ ਜਿਹੜਾ ਸਾਰਾ ਸਵੇਰੇ ਫਸਟ ਟਾਈਮ ਜਿਹੜਾ ਝਾੜੂ ਨੂੰ ਇੰਝ ਕਰਕੇ ਜਿਹੜਾ ਔਰ ਵੈਪਰ ਜਿਹੜਾ ਪਹਿਲੇ ਲੈ ਆਉਂਦਾ ਸੀ ਨਾ ਅਤੇ ਮੁਸ਼ਕਿਲ ਜਿਹੜਾ ਕੋਈ ਨਹੀਂ ਹੁੰਦੀ ਸੀ, ਬਾਰਿਸ਼ ਵਗੈਰਾ ਜਿਹੜਾ ਆਉਂਦੀ ਸੀ ਨਾ ਅਤੇ ਪਾਣੀ ਜਿਹੜਾ ਵੈਪਰ ਨਾਲ ਇੰਝ ਜਿਹੜਾ ਖਿੱਚ ਕੇ ਜਿਹੜਾ ਲੈ ਜਾਂਦਾ ਸੀ, ਲੇਕਿਨ ਸਵੇਰੇ ਜਿਹੜਾ ਸ਼ਹਿਰ ਚੱਕਰ ਲੱਗਿਆ ਨਾ ਤਾਂ ਵੈਪਰ ਲਿਆ ਕੇ ਜਿਹੜਾ ਰੱਖ ਲਵਾਂਗੇ ਔਰ ਬੱਦਲ ਹੈ ਅਤੇ ਕਾਫੀ ਸਾਰਾ ਮੰਜੇ ਅਸੀਂ ਵੀ ਜਿਹੜਾ ਕੱਢ ਲਏ ਨੇ ਬਹਿਰ। ਹੁਣ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਆਪਣਾ ਜਿਹੜਾ ਬਾਰਿਸ਼ ਹੁਣ ਜਿਹੜਾ ਨਹੀਂ ਆਵੇਗੀ ਬਾਰਿਸ਼, ਕਿਉਂਕਿ ਤਾਰੇ ਜਿਹੜਾ ਬਿਲਕੁਲ ਕੋਈ ਨਿਕਲੇ ਬੱਦਲ ਨੇ ਔਰ ਬਰੀਕ ਬਰੀਕ ਜਿਹੜਾ ਫੁਹਾਰ ਜਿਹੜਾ ਪੈ ਰਹੇ, ਲਾਈਟ ਹੈ ਨਹੀਂ ਤੰਦਰ ਜਿਹੜਾ ਕਾਫੀ ਸਾਰੀ ਜਿਹੜਾ ਗਰਮੀ ਹੈ ਇਸ ਕਰਕੇ ਅੰਦਰ ਮੰਜੇ ਜਿਹੜਾ ਪਾਇਆ ਕੋਈ ਨਹੀਂ, ਜਿਤਨੀ ਦੇਰ ਬਾਰਿਸ਼ 'ਚ ਵਸਦੀ ਰਹੀ ਉਨੀ ਦੇਰ ਤੱਕ ਅੰਦਰ ਬੈਠੇ ਰਹੇ, ਲੇਕਿਨ ਗਰਮੀ ਜਿਹੜਾ ਕਾਫੀ ਸਾਰੀ ਆਈ ਅਤੇ ਕੋਈ ਨਹੀਂ ਇਨਸ਼ਾਅੱਲਾ ਸਵੇਰੇ ਫਸਟ ਟਾਈਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹਾਂਜੀ ਅਤੇ ਵੈਲਕਮ ਬੈਕ, ਸੁਬਾਹ ਬਖੈਰ। ਔਰ ਮੈਂ ਵੀ ਸਭ ਤੋਂ ਪਹਿਲੇ ਜਿਹੜੀ ਸਾਫ਼ ਸਫਾਈ ਸ਼ੁਰੂ ਕਰਨੀ ਆ, ਦੁਕਾਨ ਜਿਹੜੀ ਖੋਲ੍ਹੀ ਆ ਦੁਕਾਨ ਦੇ ਅੰਦਰੋਂ ਜਿਹੜੀ ਸਾਰੀ ਸਾਫ਼ ਸਫਾਈ ਜਿਹੜੀ ਕਰਨ ਵਾਲੀ ਆ ਔਰ ਇੱਧਰੋਂ ਬਾਹਰੋਂ ਵੀ ਜਿਹੜੀ ਸਾਰੀ ਸਾਫ਼ ਸਫਾਈ ਜਿਹੜੀ ਮੁਕੰਮਲ ਕਰਨ ਵਾਲੀ ਆ। ਤੰਦੂਰਾਂ 'ਤੇ ਜਿਹੜੇ ਛਾਪਰ ਲਾਉਂਦੇ ਹਾਂ, ਛਾਪਰ ਲਾ ਕੇ ਫਰਾ ਜਿਹੜਾ ਸਾਰਾ ਇਹ ਜਿਹੜਾ ਸਾਫ਼ ਕਰਨੇ ਆ, ਮਿੱਟੀ ਵੀ ਜਿਹੜੀ ਉੱਪਰ ਕਾਫੀ ਸਾਰੇ ਜਿਹੜੀ ਚੰਬੜ ਗਈ ਆ ਔਰ ਕਈ ਲਿਆ ਕੇ ਇਹ ਵਾਲੀ ਜਿਹੜੀ ਸਾਰੀਆਂ ਖਾਲੀਆਂ ਜਿਹੀਆਂ ਇੱਕੋ ਜਿਹੀ ਜਿਹੜੀ ਕਰ ਲੈਂਦੀਆਂ, ਕਿਉਂਕਿ ਮਿੱਟੀ ਉੱਤਨ ਤੀਕ ਲੋੜ ਕੇ ਗਈ ਹੈ ਨਾ, ਇੱਥੇ ਜਿਹੜੇ ਦੁਬਾਰਾ ਵਾਪਸ ਫਿਰ ਜਿਹੜਾ ਮਿੱਟੀ ਲੈ ਕੇ ਜਿਹੜਾ ਆਉਣੀ ਹੈ ਔਰ ਇਹਦੇ ਸਾਈਡ 'ਤੇ ਜਿਹੜੇ ਦਰਵਾਜ਼ੇ ਵਾਲੀ ਸਾਈਡ 'ਤੇ ਪਹਿਲੇ ਜਿਹੜੇ ਝਾੜੂ ਲਾ ਲੈਂਦੇ ਹਾਂ, ਸਾਫ਼ ਸਫਾਈ ਜਿਹੜਾ ਮੁਕੰਮਲ ਕਰਕੇ ਫਿਰ ਜਿਹੜਾ ਮਿੱਟੀ ਇਹਦੀ ਸਾਈਡ 'ਤੇ ਲੈ ਕੇ ਆਉਂਦੇ ਹਾਂ। ਬੇਗਮ ਜਿਹੜਾ ਸਾਫ਼ ਸਫਾਈ ਜਿਹੜੀ ਗਾਰਦੇ ਕਰ ਰਹੀ, ਜੜ ਵਗੈਰਾ ਜਿਹੜਾ ਲਾ ਰਹੀ ਹੈ, ਜੜ ਵਗੈਰਾ ਜਿਹੜਾ ਲਾ ਲੈਂਦੀ ਹੈ ਨਾ, ਫਿਰ ਮੈਂ ਜਿਹੜਾ ਝਾੜੂ ਲੈ ਕੇ ਜਿਹੜਾ ਬਾਹਰੋਂ ਸਾਫ਼ ਸਫਾਈ ਜਿਹੜਾ ਕਰ ਲੈਂਦਾ ਮੁਕੰਮਲ ਔਰ ਬੇਗਮ ਜਿਹੜਾ ਸਾਫ਼ ਸਫਾਈ ਜਿਹੜਾ ਕਰ ਰਹੀ ਆ। ਜਗ੍ਹਾ ਜਿਹੜੀ ਨਗਦੀ ਇੱਕੋ ਜਿਹੀ ਕਰਕੇ ਸਾਫ਼ ਸਫਾਈ ਕਰਕੇ ਫਿਰ ਜਿਹੜਾ ਤੰਦੂਰ ਅੱਗੇ ਜਿਹੜਾ ਜੋੜ ਲਵਾਂਗੇ। ਦੁਕਾਨ ਜਿਹੜੀ ਨੇ ਰਾਤ ਨੂੰ ਸਾਫ਼ ਸਫਾਈ ਜਿਹੜੀ ਨੇ ਕਰ ਲੈਣੀ ਹੈ, ਲੇਕਿਨ ਜੇ ਲਾਈਟ ਆਈ ਕੋਈ ਨਹੀਂ ਰਾਤ ਦੀ, ਇਸ ਕਰਕੇ ਸਾਫ਼ ਸਫਾਈ ਕੋਈ ਨਹੀਂ ਹੋਈ। ਪੁਰਾਣੇ ਦੀ ਵਜ੍ਹਾ ਨਾਲ ਸਾਰਾ ਗੱਟਾ ਜਾਂ ਛਾਪਰ ਵਗੈਰਾ ਜਿਹੜਾ ਗੱਟਾ ਜਿਹੜਾ ਸਾਰਾ ਬਹਿ ਗਿਆ ਸੀ।
ਝਾੜੂ ਲਾ ਕੇ ਕਈ ਚਾਹ ਕੇ ਇਹ ਸਾਨੂੰ ਉੱਥੇ ਕਰਕੇ ਫਿਰ ਜਿਹੜਾ ਨਾ ਕੱਪੜੇ ਜਿਹੜਾ ਪਾਣੀ ਨਾਲ ਵੇਖ ਲੈ ਆਵਾਂਗੇ ਸਾਰੀ ਦੁਕਾਨ ਨੂੰ ਜਿਹੜਾ ਨਾ ਗੱਲੇ ਕੌਂਟਰ ਵਗੈਰਾ ਸਾਰਾ ਸਾਫ ਕਰ ਲਈ ਸਾਂ। ਅਲਮਾਰੀਆਂ ਦੀ ਸਾਫ਼ ਸਫਾਈ ਉਹ ਰਹਿੰਦੀ ਆ, ਉਹ ਚੱਲ ਕੇ ਗਾਰਡਨ ਦੀ ਜਿਹੜੀ ਥੋੜੀ ਬਹੁਤ ਸੈਟਿੰਗ ਉਹ ਵੀ ਕਰਨੀ ਆ। ਔਰ ਬੇਗਮ ਵੀ ਸਾਫ਼ ਸਫਾਈ ਜਿਹੜੀ ਨਾ ਸਾਰੀ ਮੁਕੰਮਲ ਕਰ ਲਈ, ਹੁਣ ਨਾਸ਼ਤਾ ਜਿਹੜਾ ਬਣਾ ਰਹੀ ਔਰ ਸਿਰਫ ਪਾਣੀ ਜਿਹੜਾ ਖੜਾ ਹੋਇਆ ਨਾ ਇਹ ਜਿਹੜਾ ਦਰਵਾਜ਼ੇ ਦੇ ਰਸਤੇ ਜਿਹੜੇ ਬਾਹਰ ਜਿਹੜਾ ਕੱਢਣਾ ਇਹ ਲੈ ਜਿਹੜਾ ਪਾਣੀ ਸਿਰਫ ਜਿਹੜਾ ਰਹਿ ਗਿਆ ਔਰ ਨਾਸ਼ਤਾ ਜਿਹੜਾ ਔਰ ਬਣਾ ਰਹੀ ਆ ਹੁਣ। ਛੋਟੇ ਛੋਟੇ ਫੁੱਲ ਹਾਂਜੀ ਔਰ ਬੈਰ ਜਿਹੜਾ ਦੁਕਾਨ ਤੇ ਜਿਹੜਾ ਕਸਟਮਰ ਆ ਗਏ ਮੈਂ ਵੀ ਜਿਹੜਾ ਜਾ ਰਿਹਾ ਹਾਂ। ਹਾਂਜੀ ਤੇ ਮੈਂ ਵੀ ਬੈਰ ਦੁਕਾਨ ਤੇ ਆ ਗਿਆ ਔਰ ਸਭ ਤੋਂ ਪਹਿਲੇ ਜਿਹੜਾ ਡੱਬੇ ਜਿਹੜਾ ਸਾਰੇ ਥੱਲੇ ਲਾਨੇ ਆ ਕਾਊਂਟਰ ਖਾਲੀ ਕਰਕੇ ਔਰ ਇਹ ਸਾਰਾ ਗੱਟਾ ਮਿੱਟੀ ਜਿੰਨਾ ਕਿ ਇਹਨਾਂ ਸਾਫ਼ ਸਫਾਈ ਜਿਹੜਾ ਕਰ ਲੈਂਦੇ ਹਾਂ ਮੁਕੰਮਲ ਔਰ ਤਰਤੀਬ ਵਾਈਜ਼ ਜਿਹੜਾ ਸਾਰੇ ਟਾਫੀਆਂ ਦੇ ਡੱਬੇ ਜਿਹੜਾ ਦੁਬਾਰਾ ਜਿਹੜਾ ਫਿਰ ਜੋੜ ਕੇ ਜਿਹੜਾ ਰੱਖ ਲੈਂਦੇ ਔਰ ਨਾਸ਼ਤਾ ਪੇਗਾ ਬਣਾ ਰਹੀ ਨਾਸ਼ਤਾ ਕਰਕੇ ਫਿਰ ਕਈ ਲਿਆ ਉਹਨਾਂ ਕਈ ਲਿਆ ਕੇ ਪਹਿਲੇ ਜਿਹੜਾ ਇਹਦਾ ਰੈਂਪ ਜਿਹੜਾ ਇਹ ਇੱਕੋ ਜਿਹੇ ਜਿਹੜਾ ਕਰ ਲੈਂਦੇ ਹਾਂ ਬਾਅਦ ਫਿਰ ਜਿਹੜਾ ਇਹਦੀ ਜਗ੍ਹਾ ਇੱਕੋ ਜਿਹੀ ਕਰਕੇ ਔਰ ਜਗ੍ਹਾ ਥੋੜ੍ਹੀ ਜਿਹੀ ਖੁਸ਼ਕ ਹੋ ਜਾਂਦੀ ਆ ਨਰਮ ਪਈ ਹਾਲਤ ਕਰ ਉਸ ਤੋਂ ਬਾਅਦ ਜਿਹੜਾ ਤੰਦੂਰ ਇੱਧਰ ਜਿਹੜਾ ਡੋ ਕੇ ਸਾਰੇ ਜਿਹੜਾ ਰੱਖ ਕੇ ਜੋੜ ਕੇ ਅਤੇ ਵੀ ਆਈ ਪੀ ਮੋਲ ਜਿਹੜਾ ਸਾਰਾ ਬਣਾ ਲੈਂਦੇ ਹਾਂ। ਔਰ ਮੈਂ ਪਹਿਲੇ ਦਿਨ ਇਹ ਸਾਨੂੰ ਜਿਹੜਾ ਇੱਕੋ ਜਿਹਾ ਮੈਚ ਕਰ ਲਈ ਔਰ ਫਿਰ ਜਿਹੜਾ ਉਹਦਾ ਰੋਡ ਵਾਲਾ ਸਾਨੂੰ ਜਿਹੜਾ ਉਹ
ਇੱਥੋਂ ਫਿਰ ਚੱਲਣ ਫਿਰਨ ਲੱਗਿਆ ਜਾਣ ਨਾ ਥੋੜ੍ਹੀ ਬਹੁਤੀ ਪਰੇਸ਼ਾਨੀ ਬਣਦੀ ਅਤੇ ਨਾਲ ਜਾਣਾ ਫਿਰ ਮੋਟਰਸਾਈਕਲ ਜਾਣ ਨਾਲ ਸਲਿੱਪ ਹੁੰਦਾ ਇਸ ਕਰਕੇ ਖਾਲੀਆਂ ਜਾਣ ਸਾਰੀਆਂ ਫਿਰ ਜਾਣ ਮੈਂ ਪੂਰ ਲੈਂਦਾ ਬਾਰਾ ਸ਼ਾਹ ਜਦੋਂ ਬਾ ਫਿਰ ਲੁੱਟ ਜਾਵੇ ਪੰਜ
ਹਾਂਜੀ, ਤੇ ਸਾਫ ਸਫਾਈ ਵੀ ਜਿਹੜੀ ਨਾ ਹੋ ਗਈ ਆ ਸਾਰੀ ਮੁਕੰਮਲ, ਔਰ ਇਹਦੀ ਸਾਈਡ ਤੋਂ ਮਿੱਟੀ ਜਿਹੜੀ ਨਾ ਸਾਰੀ ਇੱਕੋ ਜਿਹੀ ਨਾ ਕਰਕੇ ਨਾ ਉਪਲੀ ਸਾਈਡ ਤੋਂ ਜਿਹੜਾ ਨਾ ਝਾੜੂ ਲਾ ਦਿੱਤਾ, ਔਰ ਹੁਣ ਜਿਹੜੇ ਥੋੜ੍ਹੀ ਬਹੁਤੀ ਮੰਡ ਦੇਵਾਂਗੇ ਸੈੱਟ ਹੋ ਜਾਵੇਗਾ, ਔਰ ਇਹਦੀ ਜਗ੍ਹਾ ਜਿਹੜੀ ਨਾ ਹਾਲੇ ਤੱਕ ਮਿੱਟੀ ਜਿਹੜੀ ਕਾਫੀ ਸਾਰੀ ਗਿੱਲੀ ਆ, ਥੋੜ੍ਹੀ ਖੁਸ਼ਕ ਹੁੰਦੀ ਨਾ, ਫਿਰ ਇਹਨੂੰ ਜਿਹੜੀ ਨਾ ਐਂ ਸੈਟਿੰਗ ਜਿਹੜੀ ਨਾ ਕਰ ਲੈਂਦੇ ਹਾਂ, ਔਰ ਦਰਵਾਜ਼ੇ ਵਾਲੀ ਜਗ੍ਹਾ 'ਤੇ ਜਿਹੜੀ ਨਾ ਬਿਲਕੁਲ ਜਿਹੜੀ ਨਾ ਸਾਫ ਸੁਥਰੀ ਜਿਹੜੀ ਨਾ ਹੋ ਗਈ ਆ, ਇਹਦੀ ਪਰੇਸ਼ਾਨੀ ਕੋਈ ਨਹੀਂ, ਗਾਰੇ ਥੋੜ੍ਹਾ ਬਹੁਤਾ ਜਿਹੜੀ ਨਾ ਕੰਮ ਕਰਨ ਨਾਲ ਰਹਿੰਦਾ ਉਹ ਕਰ ਲੈਂਦੇ ਹਾਂ। ਔਰ ਬੇਗਮ ਵੀ ਜਿਹੜਾ ਹੁਣ ਬਰਤਨ ਜਾਂ ਕੱਪੜੇ ਜਿਹੜੇ ਨਾ ਉਹ ਧੋ ਰਹੀ, ਕੱਪੜੇ ਜਿਹੜੇ ਨਾ ਉਹ ਧੋ ਰਹੀ ਆ, ਕਿਉਂਕਿ ਕੱਪੜੇ ਵੀ ਜਿਹੜੇ ਕਾਫੀ ਸਾਰੇ ਜਿਹੜੇ ਬਣ ਕੇ ਕੱਲ੍ਹ ਜਿਸ ਟਾਈਮ ਬਾਰਿਸ਼ ਅਤੇ ਹਨੇਰ ਜਿਹੜੇ ਆਇਆ ਨਾ, ਬੱਚਿਆਂ ਨੇ ਸਾਰੇ ਕੱਪੜੇ ਵਗੈਰਾ ਜਿਹੜੇ ਨਾ ਖਰਾਬ ਕਰ ਲਏ, ਮੇਰਾ ਹੀ ਸੂਟ ਇੱਕ ਜਿਹੜਾ ਖਰਾਬ ਹੋ ਗਿਆ ਸੀ ਬੈਲ ਡਿੱਗਣ ਨਾਲ, ਅਤੇ ਹੁਣ ਸਾਰੇ ਕੱਪੜੇ ਜਿਹੜੇ ਨਾ ਬੇਗਮ ਜਿਹੜੇ ਨਾ ਧੋ ਰਹੀ, ਲੈਟ ਹੈ ਕੋਈ ਨਹੀਂ ਨਲਕੇ 'ਤੇ ਜਿਹੜੇ ਨਾ ਧੋਣੇ ਪੈਂਦੇ। ਖੜਾ ਟੈਂਕੀ 'ਚ ਕੋਈ ਪਾਣੀ? ਚਲੋ ਚਲੋ ਠੀਕ ਹੈ। ਔਰ ਕੱਲ੍ਹ ਸ਼ਾਮ ਨੂੰ ਬੜੀ ਜਿਹੜੀ ਨਾ ਪਰੇਸ਼ਾਨੀ ਬਣੀ, ਕਿਉਂਕਿ ਇੱਥੋਂ ਜਿਹੜਾ ਨਾ ਰੈਂਪ ਜਿਹਾ ਹੁੰਦਾ ਨਾ ਲੈਣ ਲੱਗਿਆ, ਜਿਹੜਾ ਨਾ ਬੜਾ ਖਤਰਾ ਹੁੰਦਾ ਸਲਿੱਪ ਹੋਣ ਦਾ। ਮੈਂ ਤਾਂ ਕਹਿੰਦਾ ਜਿਹੜਾ 20 ਸ਼ਹਿਰੋਂ ਲੈਂਦਾ ਸੀ ਨਾ, ਉਹਦੇ ਨਾਲ ਦਾ ਪੈਕਟ ਟਮਾਟਰਾਂ ਦਾ ਲੈ ਲਵਾਂਗੇ, ਤਾਂ ਇਹਦਾ 20 ਪਕਾਉਣ ਨੂੰ ਜਿਹੜੇ ਟਮਾਟਰ, ਕਿਉਂ ਖੜੇ ਬੜੇ ਅੱਛੇ ਨੇ, 5 ਟਮਾਟਰ ਖੜੇ ਨੇ ਔਰ ਬੜੇ ਲਾਲ ਲਾਲ ਖੜੇ ਨੇ। ਓਏ ਹੋਏ, ਇੱਕ ਤਾਂ ਜਿਹੜੇ ਟੁੱਟ ਹੀ ਗਿਆ, ਇਹ ਸਾਰੇ ਟਮਾਟਰ ਜਿਹੜੇ ਨਾ ਤੋੜ ਲਈ ਆ, ਕਿਉਂਕਿ ਛੋਟੇ ਨੇ ਸ਼ਾਇਦ ਇਹਨਾਂ ਦਾ 20 ਕਾਮਯਾਬ ਨਾ ਹੋਵੇ, ਵੱਡੇ ਹੁੰਦੇ ਨਾ ਉਹਨਾਂ ਦਾ 20 ਕਾਮਯਾਬ ਹੋਵੇ ਆ। ਹਾਂ ਐਵੇਂ ਮੈਂ ਕਿ ਜਿਹਨਾਂ ਨੂੰ ਜ਼ਾਨ ਨਹੀਂ ਕਰਦੇ ਹੀ, ਉਹਦੇ ਨੂੰ ਬਿਹਤਰ ਹੈ ਜਿਹਨੇ ਪਕਾ ਲੈਂਦੇ ਆ, ਸਹੀ ਨਹੀਂ? ਹਾਂ ਅਤੇ ਬੀਜ ਜਿਹੜਾ ਜਿਹੜੀ ਦੁਕਾਨ ਤੋਂ ਲੈ ਕੇ ਆਇਆ ਸੀ ਟਮਾਟਰਾਂ ਦਾ, ਉਸੇ ਦੁਕਾਨ ਤੋਂ ਜਿਹਨਾਂ ਪੈਕਟ ਲੈ ਕੇ ਆ ਜਾਵਾਂਗੇ ਬੀਜ ਦਾ ਫਿਰ, ਠੀਕ ਨਹੀਂ? ਇਹ ਲੈ ਰੱਖ, ਆਹ ਇਹਨਾਂ ਦੀ 30 ਹੋ ਗਈ, ਆਹ ਦੂਸਰੀ ਵੀ ਆ ਰਹੀ, ਇੰਦਰ ਰੱਖਣਾ ਹੀ ਨਹੀਂ ਕਿਚਨ 'ਚ, ਉਹ ਨਾ ਫਿਰ ਗਾਇਬ ਕਰ ਦਿਓ, ਆ ਅੰਦਰ ਰੱਖਣੇ ਨੇ, ਕਹਿ ਤਾਂ ਰਹੀਆਂ ਨਹੀਂ ਅੰਦਰ ਰੱਖਣੇ ਨੇ। ਅੱਛਾ, ਮਿੱਟੀ ਆਪਾਂ ਸੇਫ ਕਰਦੇ ਕਰਦੇ ਕਾਫੀ ਸਾਰੀ ਇਸਤੇਮਾਲ ਕਰ ਲਈ, ਨਹੀਂ ਸੁਬਹ ਤਾਂ ਆਪਾਂ ਉਧਰ ਖਤਮ ਤੇ ਚਲਿਆ ਜਾਣਾ, ਚਲੋ ਹਾਂ। ਔਰ ਮੈਂ ਵੀ ਕੱਲ ਹਵਾ ਇੰਨੀ ਜ਼ਿਆਦਾ ਜਿਹੜੀ ਨਾ ਤੇਜ਼ ਚੱਲੀ ਆ, ਇੱਧਰ ਜਿਹੜੀ ਨਾ ਨਿਗਾਹ ਨਹੀਂ ਮਾਰੀ ਨਿੰਬੂਆਂ ਨੂੰ, ਨਿੰਬੂਆਂ ਨੂੰ ਕਹਿ ਰਿਹਾ ਮੌਸਮੀਆਂ ਨੂੰ ਵੀ ਕੁਝ ਜਿਹੜੇ ਨਾ ਦਾਣਾ ਜਿਹੜੇ ਨਾ ਡੇਗੀ ਨਾ ਗਿਆ ਹੋਵੇ, ਉਹ ਇਹ ਫਿਲਹਾਲ ਜਿਹੜੇ ਨਾ ਸਬਜ਼ ਤਾਲੀ ਤੱਕ ਜਿਹੜੇ ਨਾ ਖੜਾ, ਕਿਉਂਕਿ ਟੁੱਟ ਗਿਆ, ਉਹ ਬੱਚਿਆਂ ਦੇ ਕੰਮ ਨੇ ਉੱਪਰ ਜਿਹੜੇ ਨਾ ਕੱਟ ਜਿਹੜੇ ਨੇ ਲਾ ਦਿੱਤੇ, ਇੰਨੇ ਗਰੋਹ ਜ਼ਿਆਦਾ ਕੀਤੀ ਜਿਹੜਾ ਬੱਚਿਆਂ ਦੀ ਪਹੁੰਚ ਤੋਂ ਦੂਰ ਪੀਸ ਖੜਾ ਇੱਕ, ਔਰ ਤੱਲਾ ਵਗੈਰਾ ਜਿੰਨਾ ਕਿ ਖੱਡਿਆਂ ਦੇ ਵਿੱਚੋਂ ਸਾਰਾ ਜਿਹੜਾ ਨਾ ਕਰ ਦੇਣਾ ਸਾਫ਼, ਮਾਸ਼ਾਅੱਲਾ ਇੰਨੀ ਪਿਆਰੀ ਖੁਸ਼ਬੂ ਆਉਂਦੀ ਨਾ ਮੋਤੀਆਂ ਦੇ ਬੂਟੇ 'ਚ, ਬਹੁਤ ਪਿਆਰੀ ਜਿਹੜੀ ਨਾ ਖੁਸ਼ਬੂ ਆਉਂਦੀ ਆ, ਬਹੁਤ ਪਿਆਰੀ ਖੁਸ਼ਬੂ ਆਉਂਦੀ ਆ। ਤੁਸੀਂ ਤਾਂ ਆਖਿਆ ਟਮਾਟਰ ਅਸੀਂ ਰੱਖ ਦੇਣੇ ਨੇ, ਹਾਂ ਤਾਂ ਤੁਸੀਂ ਖਾਣੇ ਸ਼ੁਰੂ ਕਰ ਦਿੱਤੇ, ਹੈਂ ਚੱਲ ਉੱਧਰ ਚੱਲ, ਹੈਂ ਨਹੀਂ ਖਾਣੇ, ਲੀਮਾ ਚੱਲ ਖਾ ਲਓ, ਦੋ ਕੇ ਖਾਓ, ਠੀਕ ਹੈ ਨਾ, ਆਹੋ ਉਧਰ ਮੰਮੀ ਆਦੀ ਲੈ ਜਾਓ, ਤੁਹਾਨੂੰ ਦੋ ਦੇਵੇਗੀ ਤਾਂ ਖਾ ਲਓ, ਠੀਕ ਹੈ, ਲੈ ਜਾ ਲਓ, ਜਾ ਲੀਮਾ ਸਾਡੀ ਦੁਆ ਲਾ, ਟਮਾਟਰ ਧੋ ਕੇ ਸਾਫ਼ ਕਰਕੇ ਫਿਰ ਖਾਣਾ, ਠੀਕ ਹੈ ਨਾ, ਹਾਂ ਧੋ ਲਓ ਸਾਫ਼ ਕਰਕੇ ਫਿਰ ਖਾ ਲਿਆ ਜੇ। ਔਰ ਇਨਸ਼ਾਅੱਲਾ ਮੇਰੇ ਆ ਫਲਾਂ ਦੇ ਬੂਟੇ ਜਿਹੜੇ ਨਾ ਕਾਮਯਾਬ ਹੋ ਗਏ ਨਾ, ਤਾਂ ਬੱਚੇ ਜਿਹੜੇ ਨਾ ਐਵੇਂ ਤਾਜ਼ਾ ਫਰੂਟ ਜਿਹੜੇ ਨਾ ਇੱਥੋਂ ਤੋੜ ਕੇ ਜਿਹੜੇ ਨਾ ਖਾਧਾ ਕਰਨਗੇ, ਕਿਉਂਕਿ ਉਹ ਜਾਣੇ ਨੇ ਇਨਸ਼ਾਅੱਲਾ ਜਿਹੜੇ ਨਾ ਅਨ ਕਰੀਬ ਜਿਹੜੇ ਨਾ ਕਾਮਯਾਬ ਹੋਵਣਗੇ, ਬਸ ਸਾਲ ਦੋ ਸਾਲ ਦੀ ਜਿਹੜੀ ਨਾ ਗੱਲ ਆ, ਜਦੋਂ ਵੱਡੇ ਬੂਟੇ ਜਿਹੜੇ ਨਾ ਹੋ ਜਾਣਗੇ, ਅੰਬ ਵੀ ਜਿਹੜੇ ਨਾ ਇਹ ਵੀ ਲੱਗਣਗੇ,
ਤੇ ਅਨਾਰ ਵੀ ਲੱਗਣਗੇ, ਮੌਸਮੀ ਵੀ, ਫਲੂਟਰ ਵੀ, ਸਾਰੇ ਅਮਰੂਦ ਵੀ, ਸਾਰੀਆਂ ਚੀਜ਼ਾਂ ਜਿਹੜੀਆਂ ਫਲ ਜਿਹੜੀਆਂ ਲੱਗੇ ਕਰਨਗੇ ਇਨਸ਼ਾਅੱਲਾ। ਮੈਂ ਦਰਖਤ ਵੀ ਸੋਚ ਕੇ ਉਹ ਵਾਲਾ ਲਾਇਆ ਜਿਹਦੇ ਨਾਲ ਫਲ ਲੱਗਦਾ, ਕਿਉਂਕਿ ਮੈਂ ਦਰਖਤ ਜਿਹੜੇ ਦੋਵੇਂ ਲਾਏ ਨੇ ਤੂਤਾਂ ਦੇ ਲਾਏ ਨੇ, ਛਾਂ ਵੀ ਹੋਵੇਗੀ ਔਰ ਸਾਲ ਬਾਅਦ ਜਿਹੜੇ ਨਾਲ ਫਲ ਵੀ ਜਿਹੜੇ ਲੱਗਿਆ ਕਰੇਗਾ ਉਹ ਵੀ ਖਾਵਾਂਗੇ, ਕਿਉਂਕਿ ਅਸੀਂ ਇਸ ਸਾਲ ਹੀ ਜਿਹੜੇ ਨਾਲ ਤੂਤ ਜਿਹੜੇ ਨਾਲ ਖਾਧੇ ਨੇ, ਮਾਸ਼ਾਅੱਲਾ ਬਹੁਤ ਹੀ ਮਿੱਠੇ ਤੂਤ ਜਿਹੜੇ ਲੱਗਦੇ। ਇੱਕ ਹੁੰਦੇ ਨੇ ਲਾਲ ਜਿਹੇ ਕਲਰ ਦੇ, ਲੇਕਿਨ ਉਹ ਲਾਲ ਸਿਆਹ ਕਲਰ ਦੇ ਜਿਹੜੇ ਨੇ ਨਹੀਂ ਨੇ, ਕੋਈ ਬਲੈਕ ਕਲਰ ਦੇ ਹੁੰਦੇ ਨੇ ਸਿਆਹ ਕਲਰ ਦੇ, ਕੋਈ ਲਾਲ ਜਿਹੇ ਕਲਰ ਦੇ ਹੁੰਦੇ ਨੇ, ਕੋਈ ਪਿੰਕ ਕਲਰ ਦੇ ਤੂਤ ਹੁੰਦੇ ਨੇ, ਇਹ ਵਾਈਟ ਕਲਰ ਦੇ ਨੇ। ਔਰ ਮਿੱਠੇ ਜਿਹੜੇ ਦੂਸਰੇ ਹੁੰਦੇ ਨੇ ਨਾ, ਮਤਲਬ ਕਿ ਜਿਹੜੇ ਉਹ ਸਿਆਹ ਰੰਗ ਦੇ ਜਾਂ ਲਾਲ ਰੰਗ ਦੇ ਜਿਹੜੇ ਹੁੰਦੇ, ਖੱਟੇ ਮਿੱਠੇ ਹੁੰਦੇ ਨੇ, ਲੇਕਿਨ ਇਹ ਜਿਹੜੇ ਬਿਲਕੁਲ ਜਿਹੜੇ ਮਿੱਠੇ ਹੁੰਦੇ ਨੇ। ਔਰ ਇਸ ਵਿੱਚ ਛੋਟੇ ਛੋਟੇ ਪੀਸ ਲੱਗੇ ਸੀ, ਅਗਲੀ ਦਫ਼ਾ ਜਿਹੜੇ ਨਾ ਜਿਵੇਂ ਦਰਖਤ ਵੱਡਾ ਹੋ ਗਿਆ ਨਾ, ਉਵੇਂ ਵੱਡੇ ਵੱਡੇ ਦਾਣੇ ਜਿਹੜੇ ਨਾ ਤੂਤਾਂ ਦੇ ਲੱਗੇ ਕਰਨਗੇ। ਔਰ ਜੀ ਅੱਜ ਦੇ ਵਾਲਾ ਵਲਾਗ ਵੀ ਕਰ ਰਿਹਾ ਇੱਥੇ ਖਤਮ, ਇਨਸ਼ਾਅੱਲਾ ਮਿਲਿਆ ਐਕਸ਼ਨ ਨੈਕਸਟ ਇੱਥੇ ਵਲਾਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ, ਅੱਲਾਹ ਹਾਫਿਜ਼।